ਵਾਲੇਕੁਮ। ਅੱਜ ਮੇਰੇ ਨਾਲ ਟਰੈਵਲ ਕਰ ਰਹੇ ਕੈਨੇਡਾ ਤੋਂ ਆਈ ਸਾਡੀ ਪ੍ਰਾਹੁਣੀ ਐਨ ਮਰਫੀ ਜੀ। ਐਨ ਮਰਫੀ ਜੀ ਦਾ ਇੰਟਰੋਡਕਸ਼ਨ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ ਪੰਜਾਬੀ ਲੈਂਗੁਏਜ, ਪੰਜਾਬੀ ਜ਼ੁਬਾਨ ਨਾਲ ਇੰਨਾ ਪਿਆਰ ਹੈ ਕਿ ਇਹਨਾਂ ਨੇ ਪੰਜਾਬੀ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ PhD ਕੀਤੀ ਹੈ। ਮੈਂ ਇਹਨਾਂ ਅੱਗੇ ਬੇਨਤੀ ਕਰਾਂਗਾ ਕਿ ਇੱਕ ਮੈਸੇਜ ਦੇਣ। ਮਾਂ ਬੋਲੀ ਦਿਹਾੜ ਆ ਰਿਹਾ 21 ਫਰਵਰੀ ਨੂੰ, ਉਸ ਹਵਾਲੇ ਨਾਲ ਕਿ ਸ਼ਾਇਦ ਇਹਨਾਂ ਦਾ ਮੈਸੇਜ ਸੁਣ ਕੇ ਸਾਨੂੰ ਕੋਈ ਸ਼ਰਮ ਆ ਜਾਏ ਔਰ ਅਸੀਂ ਆਪਣੇ ਘਰਾਂ ਦੇ ਵਿੱਚ, ਸਕੂਲਾਂ, ਕਾਲਜਾਂ, ਦਫ਼ਤਰਾਂ ਦੇ ਵਿੱਚ ਪੰਜਾਬੀ ਜ਼ੁਬਾਨ ਬੋਲੀਏ ਔਰ ਆਪਣੇ ਬੱਚਿਆਂ ਨੂੰ ਵੀ, ਬੱਚਿਆਂ ਨਾਲ ਵੀ ਪੰਜਾਬੀ ਦੇ ਵਿੱਚ ਗੱਲ ਕਰੀਏ। ਉਰਦੂ, ਹਿੰਦੀ ਜਾਂ ਇੰਗਲਿਸ਼ ਅਸੀਂ ਆਪਣੇ ਬੱਚਿਆਂ ਨਾਲ ਬੜਾ ਮੂੰਹ ਟੇਢਾ ਕਰਕੇ ਬੋਲਦੇ ਹਾਂ, ਉਹ ਜ਼ੁਬਾਨਾਂ ਉਹਨਾਂ ਨੂੰ ਸਿੱਖਣਾ ਚਾਹੀਦਾ, ਉਹ ਵੀ ਜ਼ਰੂਰੀ ਹੈ। ਲੇਕਿਨ ਆਪਣੀ ਮਾਂ ਬੋਲੀ ਨੂੰ ਵੀ ਤਾਂ ਪਹਿਲੇ ਸਿੱਖੋ, ਉਹਨੂੰ ਬੋਲੋ, ਆਪਣੇ ਬੱਚਿਆਂ ਨਾਲ ਬੋਲੋ। ਤਾਂ ਇਸ ਹਵਾਲੇ ਨਾਲ ਮੈਂ ਬੇਨਤੀ ਕਰਾਂਗਾ ਕਿ ਐਨ ਮਰਫੀ ਜੀ ਨਾਲ ਕਿ ਪਲੀਜ਼ ਆਪਣਾ ਇੱਕ ਮੈਸੇਜ ਦਿਓ ਜੀ। ਐਨ ਮਰਫੀ ਜੀ, ਅਸਲਾਮ ਅਲੈਕੁਮ। ਮੇਰਾ ਨਾਮ ਹੈ ਐਨ ਮਰਫੀ, ਮੈਂ ਕੈਨੇਡਾ ਦੇ ਰਹਿਣ ਵਾਲੀ ਹਾਂ, ਮੈਂ ਵੈਨਕੂਵਰ ਦੇ ਵਿੱਚ ਰਹਿੰਦੀ ਹਾਂ। ਅਤੇ ਮੈਂ ਇਸ ਕਰਕੇ ਲਾਹੌਰ ਆਈ ਕਿ ਮੈਂ ਇੱਕ ਕਾਨਫਰੰਸ ਅਟੈਂਡ ਕੀਤੀ ਸੀ। ਇਹ ਕਾਨਫਰੰਸ ਦੇ ਵਿੱਚ ਅਸੀਂ ਪੰਜਾਬੀ ਦੀ ਗੱਲ ਕੀਤੀ ਸੀ ਕਿ ਕਿਉਂ ਪੰਜਾਬੀ ਬੋਲੀ ਅਤੇ ਪੰਜਾਬੀ ਅਦਬ ਬਹੁਤ ਅਹਿਮ ਹੈ, ਕਿਉਂ ਪੰਜਾਬੀ ਬੋਲੀ ਜਾਣੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਸ਼ਾਇਦ ਤੁਸੀਂ ਹੈਰਾਨ ਹੋਵੋਗੇ ਪਰ ਕੈਨੇਡਾ ਦੇ ਵਿੱਚ ਅਸੀਂ ਬਹੁਤ ਮਾਣ ਦਿੰਦੇ ਹਾਂ ਪੰਜਾਬੀ ਨੂੰ, ਕਿਉਂਕਿ ਬਹੁਤ ਪੰਜਾਬੀ ਬੋਲਣ ਵਾਲੇ ਰਹਿੰਦੇ ਨੇ ਕੈਨੇਡਾ ਦੇ ਵਿੱਚ। ਅਤੇ ਇਹ ਵੀ ਹੈ ਕਿ ਅਸੀਂ ਜਾਣਦੇ ਹਾਂ ਕਿ ਮਾਂ ਬੋਲੀ ਜਿਹੜੀ ਹੈਗੀ ਹੈ ਲੋਕਾਂ ਦੀ, ਇਹ ਉਹਨਾਂ ਦੇ ਖੈਰੀਅਤ ਵਾਸਤੇ, ਖੈਰੀਅਤ ਵਾਸਤੇ ਬਹੁਤ ਹੀ ਅਹਿਮ ਹੈ। ਸੋ ਮੈਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਸਿਖਾਓ ਆਪਣੇ ਬੱਚਿਆਂ ਨੂੰ ਅਤੇ ਪੰਜਾਬੀ ਨੂੰ ਇੰਜੋਏ ਕਰੋ, ਕਿਉਂਕਿ ਇਹ ਇੱਕ ਬਹੁਤ ਹੀ ਸੋਹਣੀ ਬੋਲੀ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਮੈਂ ਸਿਖਾਂਗੀ, ਸ਼ਾਇਦ ਮੇਰੀ ਮੌਤ ਆਉਣ ਤੋਂ ਪਹਿਲਾਂ ਮੈਨੂੰ ਉਮੀਦ ਹੈ ਕਿ ਚੰਗੀ ਤਰ੍ਹਾਂ ਆ ਜਾਵੇ ਪੰਜਾਬੀ, ਹਾਲੇ ਠੀਕ ਨਹੀਂ ਆਉਂਦੀ ਪਰ ਮੈਨੂੰ ਉਮੀਦ ਹੈ ਕਿ ਆ ਜਾਵੇ। ਅਤੇ ਜੇ ਤੁਹਾਨੂੰ ਆਉਂਦੀ ਹੈ ਤਾਂ ਕਿਉਂ ਛੱਡੋ, ਸੋ ਪੰਜਾਬੀ ਮਤ ਛੱਡੋ, ਬੋਲੋ, ਪੜ੍ਹੋ ਅਤੇ ਇੰਜੋਏ ਕਰੋ। ਖੁਦਾ ਹਾਫਿਜ਼।